ਮੈਂ ਸਾਰੀਆਂ ਵੀਡੀਓ ਸ਼ੇਅਰ ਸ਼ੇਅਰ ਕਰਦਾ ਰਹਿਣਾ ਐਸ ਵੀਡੀਓ ਜੋ ਮੈਂ ਸ਼ੇਅਰ ਦਾ ਨਹੀਂ ਕਹਿਣਾ ਪਰ ਕਮੈਂਟ ਜ਼ਰੂਰ ਕਰਿਓ ਸਾਰੇ ਸਕਿਪ ਨਾ ਕਰਿਓ ਸਾਰੀ ਵੀਡੀਓ ਦੇਖਿਓ ਤੇ ਕਮੈਂਟ ਜ਼ਰੂਰ ਕਰਿਓ ਥੇਲੀ ਪੋਸਟ ਵਾਲੇ ਉਹ ਸਾਲਿਓ ਜੇ ਤੁਹਾਨੂੰ ਇੱਕ ਟਕੇ ਦੀ ਵੀ ਸ਼ਰਮ ਹੈਗੀ ਆ ਨਾ ਇੱਕ ਟਕੇ ਦੀ ਵੀ ਸ਼ਰਮ ਹੈਗੀ ਮਾਈ ਦੇ ਜਾ ਕੇ ਮਾਫੀ ਮੰਗੋ ਜਿਨ੍ਹਾਂ ਨੂੰ ਨਹੀਂ ਪਤਾ ਪੈਸੇ ਦਾ ਕਈਆਂ ਨੇ ਵੀਡੀਓ ਦੇਖੀ ਹੋਣੀ ਜਿਨ੍ਹਾਂ ਨੂੰ ਨਹੀਂ ਪਤਾ ਤੁਹਾਨੂੰ ਮੈਂ ਦੱਸਦਾ ਮੇਰਾ ਯਾਰ ਖੂਨ ਖੋਲੀ ਜਾਂਦਾ ਇੱਥੇ ਬੈਠੇ ਦਾ ਗੱਲ ਪਤਾ ਕੀ ਹੋਈ ਥੇਲੀ ਪੋਸਟ ਵਾਲੇ ਸਾਲੇ ਪੰਜ ਪੰਜ ਵੀਡੀਓ ਲਾਈਵ ਚਲਾਈਆਂ ਹੁੰਦੀਆਂ ਲਾਈਵ ਵੈਸੇ ਇੱਕੋ ਹੀ ਵੀਡੀਓ ਚੱਲਦੀ ਏ ਦੇ ਕੋਈ ਨਹੀਂ ਇਹਨਾਂ ਦੀ ਰਿਪੋਰਟ ਫੇਸਬੁੱਕ ਨੂੰ ਪੰਜ-ਪੰਜ ਵੀਡੀਓ ਲੂਪ ਤੇ ਲਾ ਕੇ ਚਲਾਗੇ ਲੋਕਾਂ ਨੂੰ ਮੂਰਖ ਬਣਾਉਂਦੇ ਰਹਿੰਦੇ ਆ ਸਨੋਪਈਓ ਹੁੰਦੀ ਸਾਲ ਪਹਿਲਾਂ ਤੇ ਕਹਿ ਦਿੰਦੇ ਲੋ ਜੀ ਲਾਈਵ ਸਨੋ ਪੈ ਰਹੀ ਮੁੱਦੇ ਤੇ ਆਉਨੇ ਆ ਮਾਤਾ ਆ ਵਿਚਾਰੀ ਕੋਈ 80 ਸਾਲ ਦੀ ਹੈ ਨਾ 75 80 ਸਾਲ ਦੀ ਤੇ ਵਿਚਾਰੀ ਨੂੰ ਦਿਸਦਾ ਨਹੀਂ ਅੱਖਾਂ ਤੋਂ ਆ ਥੇਲੀ ਪੋਸਟ ਦਾ ਕੋਈ ਜੱਬਰ ਪੱਤਰਕਾਰ ਕੋਈ ਕੁੰਡਲੀ ਦੇ ਦਿਮਾਗ ਚ ਇਹਦੀ ਦਿਮਾਗ ਨੂੰ ਉੱਲੀ ਨੇ ਕੁੰਡਲੀ ਮਾਰੀ ਹੋ ਕੋਈ ਕੁੰਡਲ ਪੱਤਰਕਾਰ ਮਾਈ ਨੂੰ ਜਾ ਕੇ ਪਤਾ ਕੀ ਕਹਿੰਦਾ ਕਹਿੰਦਾ ਤੂੰ ਅੰਨੀ ਹੋਣ ਦਾ ਫਾਇਦਾ ਚੱਕਦੀ ਆ ਇਸ ਬੰਦੇ ਨੇ ਬੋਲ ਕਹੇ ਆ ਕੋਈ ਕੁੰਡਲ ਆ ਕੋਈ ਪੱਤਰਕਾਰ ਢੇਲੀ ਪੋਸਟ ਦਾ ਮਾਤਾ ਵਿਚਾਰੀ ਅੰਨੀ ਉਹਨੂੰ ਕਹਿੰਦਾ ਮੈਂ ਕਿੰਨਾ ਭਰਾਵਾ ਸਹੀ ਗੱਲ ਕਹਿੰਦੇ ਕਿਸੇ ਦਾ ਮਾੜਾ ਨਹੀਂ ਮੰਗਣਾ ਚਾਹੀਦਾ ਹੁਣ ਮੇਰੇ ਤੋਂ ਤੇਰੇ ਪਰਿਵਾਰ ਨੂੰ ਤਾਂ ਮਾੜਾ ਕਹਿ ਨਹੀਂ ਹੁੰਦਾ ਹਨਾ ਵੀ ਤੂੰ ਇੱਕ ਵਾਰੀ ਇੰਨਾ ਹੋਗੇ ਤੂੰ ਫਾਇਦਾ ਚੱਕ ਕੇ ਦੇਖ ਲੈ ਮਾਤਾ ਵਿਚਾਰੀ ਮੱਖੀਆਂ ਵੇਚਦੀ ਕਿਤੇ ਫਾਟਕਤੇ ਹਨਾ ਉਹ ਪਟੜੀ ਤੇ ਉਹਦੇ ਜਾ ਕੇ ਉਹਦੇ ਮੋਰੇ ਕੈਮਰਾ ਕਰਕੇ ਆ ਮਾਈਕ ਕਰ ਕਰਕੇ ਵੀ ਇਹ ਅੰਨੇ ਹੋਣ ਦਾ ਫਾਇਦਾ ਚੱਕਦੀ ਆ ਆ ਦੇਖ ਲਓ ਜੀ ਇਹ ਥੇਲੀ ਪੋਸਟ ਸਾਡੇ ਪੰਜਾਬ ਦਾ মিডিਆ ਉਹ ਸਾਲਿਓ ਸ਼ਰਮ ਸ਼ਰਮਨਾ ਦੀ ਕੋਈ ਚੀਜ਼ ਹੈਗੀ ਆ ਤੁਹਾਡੇ ਸ਼ਰਮਨਾ ਦੀ ਕੋਈ ਚੀਜ਼ ਹੈਗੀ ਵੀ ਹੈ ਕਿ ਨਹੀਂ ਹੈ ਹੋਰ ਦਿਖਾਉਣਾ ਤੁਹਾਨੂੰ ਉਹ ਉਸਤਾਦ ਜੀ ਇੱਕ ਮਿੰਟ ਤੇ ਦਿਖਾਉਣਾ ਤੁਹਾਨੂੰ ਜੀ ਦਿਖਾਉਣਾ ਹੋਰ ਦੇਖੋ ਇਹਨਾਂ ਦੀਆਂ ਕਰਤੂਤਾ ਤੇ ਕੀ ਇਹ ਕਰਦੇ ਪਏ ਆ ਯਾਰ ਵਿਚਾਰ ਜ਼ਰੂਰ ਦਿਓ ਸ਼ੇਅਰ ਸ਼ੂਰਪਾ ਮੈਂ ਨਾ ਕਰਿਓ ਵਿਚਾਰ ਜ਼ਰੂਰ ਦਿਓ ਵੀਡੀਓ ਬਾਰੇ ਆ ਦਿਖਾਉਣਾ ਮਾਈ ਨਾਲ ਹੋ ਰਿਹਾ ਨੇ ਕੀ ਕੀ ਕੀਤਾ ਇੱਕ ਸਕਿੰਟ ਆ ਲਓ ਜੀ ਓ ਰੋਕੀ ਓ ਰੋਕੀ ਆ ਦੇਖੋ ਜੀ ਮਾਈ ਵਿਚਾਰੀ ਜਿੱਧਰ ਵੀ ਜਾਂਦੀ ਸੀ ਉਹਦੇ ਪਿੱਛੇ ਕੈਮਰਾ ਲੈ ਕੇ ਪੈ ਜਾਂਦਾ ਸੀ ਆ ਦੇਖ ਲਓ ਵਿਚਾਰੀ ਹੁਣ ਮੰਨ ਲਓ ਖੁਦਾ ਨਾਲ ਖਾਸਤਾ ਮਾੜੀ ਕਿਸਮਤ ਉਹ ਦੋ ਟ੍ਰੇਨ ਆ ਜਾਂਦੀ ਮਾਤਾ ਨੂੰ ਦੀਦਾ ਨੀਗਾ ਮਾੜਾ ਵੀ ਉਹਨੂੰ ਵਿਚਾਰੀ ਨੂੰ ਜਾਣੇ ਹੀ ਨਹੀਂ ਦਿੱਤਾ ਕਿਸੇ ਪਾਸੇ ਨੂੰ ਅਤੇ ਆ ਸਾਲੇ ਪਾਉਂਦੇ ਆ ਝੂਠੀਆਂ ਝੂਠੀਆਂ ਐਡਾ ਅਖੇ ਜੀ ਮੈਂ ਲਾਈਕ ਇੱਕ ਕਿਸਮ ਦਾ ਸਟ੍ਰਿੰਗ ਆਪਰੇਸ਼ਨ ਕੀਤਾ ਕਿ ਇੱਕ ਮਾਤਾ ਉਹ ਵਿਚਾਰੀ ਨੂੰ ਅੱਖਾਂ ਤੋਂ ਦੀਦਾ ਨੂੰ ਆਪਣੇ ਪੋਤੇ ਨਾਲ ਵੈਸੇ ਤਾਂ ਪੱਖੀਆਂ ਵੇਚਦੀ ਆ ਜੇ ਮੰਗਦੀ ਵੀ ਹੋਵੇ ਤੂੰ ਕਿਹੜਾ ਗਾਂ ਆਪਣੀ ਕੁੜੀ ਤੋੜਨੀ ਆ ਮਾਤਾ ਦੇ ਨਾਲ ਹਨਾ ਵੀ ਤੂੰ ਕੁੜੀ ਤੋੜਨੀ ਆ ਜੇ ਉਹ ਮੰਗਦੀ ਤੈਨੂੰ ਕੀ ਕਿਸੇ ਦੇ ਘਰੇ ਜਾ ਕੇ ਕੋਈ ਮਰੇ ਕੋਈ ਜੀਵੇ ਤੁਸੀਂ ਸਾਲਿਓ ਕੌਣ ਹੁੰਨੇ ਆ ਐਦਾਂ ਤੇ ਲਾਉਂਦੇ ਆ ਜੀ ਸਟੱਡੀ ਵੀਜ਼ੇ ਜੂਸ ਯੂ ਐਸ ਏ ਦੇ ਲੋਕਾਂ ਨੂੰ ਤੁਸੀਂ ਠੱਗਦੇ ਆ ਸਾਲਿਓ ਪਖੰਡੀ ਬਾਬਿਆਂ ਦੀ ਐਡਾਂ ਦੇ ਦੇ ਕੇ ਲਾਟੋ ਦਾ ਨੰਬਰ ਪਹਿਲਾਂ ਤਾਂ ਆਪਣਾ ਹੀ ਲਾਟੋ ਦਾ ਨੰਬਰ ਕਰਾ ਲਓ ਆ ਦਿਖਾ ਰਹਾ ਤੁਹਾਨੂੰ ਹੋਰ ਯਾਰ ਮੇਰਾ ਸੱਚੀ ਯਾਰ ਬੀਬੀ ਮੇਰਾ ਹਾਈ ਹੋਇਆ ਪਿਆ ਮੈਨੂੰ ਲਾਈਕ ਮੈਨੂੰ ਆ ਦੇਖੋ ਉਹ ਵਿਚਾਰੀ ਜਿੱਧਰ ਨੂੰ ਜਾਵੇ ਉਹਦੇ ਮੂੰਹ ਚ ਹਮਾਈਕ ਜੇ ਤੁੰਨੀ ਜਾਵੇ ਆ ਦੇਖ ਲਓ ਯਾਰ ਆ ਹੁੰਦੀ ਪੱਤਰਕਾਰੀ ਜੇ ਇਧਰ ਲਈ ਕੈਨੇਡਾ ਅਮਰੀਕਾ ਜਾਂ ਕਿਸੇ ਹੋਰ ਬਾਹਰਲੇ ਦੇਸ਼ ਚੋਂ ਦਾ ਸੂ ਕਰਨਾ ਸੀ ਅਗਲਿਆਂ ਨੇ ਮਿਲੀਅਨ ਡਾਲਰਾਂ ਦਾ ਤੁਹਾਡਾ ਸਾਰਾ ਸਾਲਾ ਆਧਾਰਾ ਹੀ ਵਿਕ ਜਾਣਾ ਸੀ ਥੇਲੀ ਪੋਸਟ ਇਦਾਂ ਤੁਸੀਂ ਕਿਸੇ ਨੂੰ ਕਰ ਨਹੀਂ ਸਕਦੇ ਜਿੱਦਾਂ ਤੁਸੀਂ ਪੰਜਾਬ ਚ ਕਰਦੇ ਆ ਹਲੋ ਵਿਚਾਰੀ ਜਿੱਧਰ ਨੂੰ ਵੀ ਜਾਵੇ ਉਧਰੋਂ ਹੀ ਮਾਈਕ ਲੈ ਕੇ ਤੇ ਨੋਹਾਂ ਵੀ ਮੋਹਰੇ ਉਦਾਂ ਦੀਆਂ ਕਿ ਨੋਹਾਂ ਦੀ ਨੋਹਾਂ ਕਹਿੰਦੀਆਂ ਆਪਾਂ ਕੁੱਤੇ ਨੂੰ ਰੋਟੀ ਪਾ ਦੇਣੀ ਮਾਤਾ ਨਾਲੋਂ ਚੰਗੀ ਦੇਖ ਲਓ ਪਤਾ ਕੀ ਚੱਕਰ ਆ ਬਾਈ ਜੀ ਜਿਹੜੀ ਹੈ ਨਾ ਬਜ਼ੁਰਗ ਅਵਸਥਾ ਹੁੰਦੀ ਮੈਂ ਆਪਣੇ ਨਾਨੀ ਜੀ ਦਾ ਵੀ ਦੇਖਿਆ ਜਿੱਦਾਂ ਜਿੱਦਾਂ ਬੰਦਾ ਬਜ਼ੁਰਗ ਹੁੰਦਾ ਦਿਮਾਗ ਉਹਨਾਂ ਦਾ ਥੋੜਾ ਬੱਚਿਆਂ ਵਾਲਾ ਹੋਣ ਲੱਪੈਂਦਾ ਆ ਹਨਾ ਸੋ ਇਹ ਸਾਨੂੰ ਅੰਡਰਸਟੈਂਡ ਕਰਨਾ ਪੈਣਾ ਹਨਾ ਮਾਤਾ ਭਾਵੇਂ ਨਿੱਜੀ ਜ਼ਿੰਦਗੀ 'ਚ ਚੰਗੀ ਹੋਵੇ ਜਾਂ ਮਾੜੀ ਹੋਵੇ ਬਸ ਸਾਨੂੰ ਨਹੀਂ ਉਹਨਾਂ ਕੋਈ ਲੈਣਾ ਦੇਣਾ ਪਰ ਜਿਹੜਾ ਤੁਸੀਂ ਕੀਤਾ ਆ ਦੇ ਨੋ ਹਾਂ ਵੀ ਉਦਾਂ ਦੀਆਂ ਕਪੱਤੀਆਂ ਹੈਗੇ ਜੀ ਕੁੱਤੇ ਨੂੰ ਰੋਟੀ ਪਾ ਦੇਣੀ ਹੋਰ ਦਿਖਾਉਣਾ ਤੁਹਾਨੂੰ ਆ ਲਓ ਸਾਲਿਓ ਤੁਸੀਂ ਮਾਰਦੇ ਸਾਰੇ ਪੰਜਾਬ ਨਾਲ ਠੱਗੀਆਂ ਕੈਨੇਡਾ ਜਾਊਗੇ ਯੂ ਐਸ ਜਰਮਨ ਦੇ ਵੀਜ਼ੇ ਦੀਆਂ ਐਡਾ ਛਿੱਕੂ ਦੇ ਵੀਜ਼ੇ ਲਵਾਉਨੇ ਆ ਤੁਸੀਂ ਪਖੰਡੀ ਬਾਪਿਆਂ ਦੀਆਂ ਐਡਾ ਲਾਟੋ ਦੇ ਨੰਬਰ ਲਓ ਲਾਟੋ ਪਹਿਲਾਂ ਇਹਨਾਂ ਦੀ ਕੱਢ ਦੋ ਕੁੰਡਲ ਕੀ ਨਾ ਇਹਦਾ ਕੁੰਡਲੀ ਤੇ ਦਿਮਾਗ ਨੂੰ ਉਲੀ ਨੇ ਕੁੰਡਲੀ ਮਾਰੀਓ ਆ ਯਾਰ ਅੱਤਾਂ ਦੇ ਪੱਤਰਕਾਰਾਂ ਪੰਜਾਬ 'ਚ ਯੂਰਪ ਦਾ ਟੂਰਿਸਟ ਵੀਜ਼ਾ ਲੋਕ ਕਹਿੰਦੇ ਸਿਰਫ ਇੱਕ ਪੇਪਰ ਦੀ ਤਿਆਰੀ ਅਤੇ ਲੈ ਲਵੋ ਟੂਰਿਸਟ ਵੀਜ਼ਾ ਬੱਲੇ ਤੁਹਾਡੇ ਰੁੱਸੇ ਨੂੰ ਮਨਾਓ ਲਾਟੋ ਦਾ ਨੰਬਰ ਕਰਾਓ ਪਹਿਲਾਂ ਇਹਨਾਂ ਨੂੰ ਦਸ ਵਾਲਿਆਂ ਨੂੰ ਲਾਟੋ ਦਾ ਨੰਬਰ ਮੂੰਹ ਚੱਕ ਕੇ ਜਣੇ ਖਣੇ ਦੇ ਘਰ ਇਹਨਾਂ ਨੂੰ ਇਹਨਾਂ ਨੂੰ ਯਾਰ ਇਦਾਂ ਬੜ ਨਹੀਂ ਸਕਦੇ ਕਿਸੇ ਦੇ ਵੀ ਘਰ ਹਰ ਇੱਕ ਘਰ 'ਚ ਦਿੱਕਤਾਂ ਹੁੰਦੀਆਂ ਅਖੇ ਜੀ ਮਾਤਾ ਦਾ ਘਰ ਵਾਲਾ ਮੁੰਡਾ ਕਿਤੇ ਡਬਈ ਜਾਂ ਕਿਤੇ ਜਿੱਥੇ ਮਰਜੀ ਹੋਵੇ ਅਖੇ ਮਾਤਾ ਦੇ ਘਰੇ ਪਲਾਟ ਆ ਪੰਜ ਸੱਤ ਮਰ ਲਿਆ ਦਾ ਤੁਹਾਨੂੰ ਕੀ ਤੁਸੀਂ ਕੌਣ ਹੁੰਨੇ ਕਿਸੇ ਦੇ ਘਰੇ ਜਾ ਕੇ ਇਦਾਂ ਕੈਮਰਾ ਕਰਕੇ ਅਗਲੇ ਨੂੰ ਤੰਗ ਕਰਨ ਵਾਲੇ ਤੇ ਦੂਜੀ ਸਭ ਤੋਂ ਵੱਡੀ ਗੱਲ ਸ਼ੁਰੂ ਚ ਹੀ ਵੀਡੀਓ ਦੇ ਕਹਿੰਦਾ ਇਹ ਨਜਾਇਜ਼ ਫਾਇਦਾ ਚੱਕਦੀ ਇੰਨੀ ਹੋਣ ਦਾ ਉਹ ਬੱਲੇ ਉਹ ਬੱਲੇ ਜਿਹੜੇ ਵੀ ਤੂੰ ਰੱਬ ਨੂੰ ਮੰਨਦਾ ਉਤੋਂ ਡਰ ਲਾ ਉਤੋਂ ਡਰ ਲਾ ਅੰਨੀ ਹੋਣ ਦਾ ਫਾਇਦਾ ਚੱਕਦੀ ਯਾਰ ਹੱਦ ਆ ਹੱਦੋਂ ਵੱਧ ਆ ਬਾਈ ਹੱਦੋਂ ਵੱਧ ਆ ਵਿਚਾਰੀ ਜਿੱਧਰ ਨੂੰ ਵੀ ਜਾਵੇ ਉਹਨਾਂ ਨੂੰ ਤੰਗ ਕਰ ਛਟਿਆ ਇਹ ਬੰਦੇ ਨੇ ਟਰੈਕ ਤੇ ਗੱਲ ਫੇਰ ਉੱਥੇ ਮੁੱਕਦੀ ਆ ਗੱਲ ਇੱਥੇ ਮੁੱਕਦੀ ਆ ਬਾਈ ਭਈ ਮਾਤਾ ਭਾਵੇਂ ਪੱਖੀਆਂ ਵੇਚਦੀ ਆ ਭਾਵੇਂ ਪੈਸੇ ਮੰਗਦੀ ਆ ਤੁਹਾਨੂੰ ਕਿਸੇ ਨੇ ਨਹੀਂ ਹੱਕ ਦਿੱਤਾ ਅਗਲੇ ਦੀ ਨਿੱਜੀ ਜ਼ਿੰਦਗੀ 'ਚ ਦਖਲਅੰਦਾਜ਼ੀ ਕਰਨ ਦਾ ਜਿਹੜਾ ਤੂੰ ਸਟਿੰਗ ਆਪਰੇਸ਼ਨ ਕੀਤਾ ਭਈ ਨਾਲ ਪੋਤੇ ਦੇ ਮੰਗਦੀ ਸਾਲਿਓ ਐਨੇ ਨਿਆਣੇ ਛੋਟੇ ਛੋਟੇ ਨਸ਼ੇ ਕਰਦੇ ਉਹ ਜਾ ਕੇ ਰੋਗ ਲਵਾ ਆਪਣੇ ਪਾਪਿਆਂ ਦੀਆਂ ਜਾ ਕੇ ਫੜੋ ਤਾਂ ਸਟਿੰਗ ਆਪਰੇਸ਼ਨ ਮੇਰੇ ਮੂੰਹੋਂ ਸੁਣਦੇ ਆ ਫੜੋ ਉਹਨਾਂ ਨੂੰ ਆਹ ਵਿਚਾਰੀ ਬਜ਼ੁਰਗ ਮਾਤਾ ਪੱਖੀਆਂ ਦੇ ਪਾਣੇ ਭਾਵੇਂ ਮੰਗਦੀ ਵੀ ਇਹ ਤੂੰ ਕਿਹੜਾ ਸਟਿੰਗ ਆਪਰੇਸ਼ਨ ਕਰਤਾ ਤੂੰ ਮੇਰੇ ਯਾਰ ਵਿਚਾਰ ਦਿਓ ਵੀਡੀਓ ਸ਼ੇਅਰ ਭਾਵੇਂ ਨਾ ਕਰਿਓ ਇਹਨਾਂ ਹੜਦੂ ਲਾਂ ਤੇ ਢੇਲੀ ਪੋਸਟਾ ਵਾਲਿਆਂ ਦੇ ਵਿਚਾਰ ਦਿਓ ਤੇ ਮਾਤਾ ਦਾ ਜੇ ਕੋਈ ਕਿੱਥੇ ਕਿਤੇ ਉਹ ਵੀ ਐਡਰੈਸ ਕਿੱਥੇ ਉਹ ਵੀ ਪਤਾ ਕਰੋ ਯਾਰ ਮੈਂ ਕਰ ਦੂੰ ਹੈਲਪ ਜਿੰਨੇ ਜੁਗ ਹੋਇਆ ਮਾਤਾ ਦੀ ਹੈਲਪ ਕਰ ਲਾਈਕ ਰੋਣਾ ਆਉਂਦਾ 48 ਮਿੰਟ ਦੀ ਵੀਡੀਓ ਹੀ ਨਹੀਂ ਕੀਤੀ ਉਹ ਆ ਉਹੀ ਲੂਪ ਲਾਇਆ ਵੀਡੀਓ ਦਾ ਹਨਾ ਉਹੀ 13 ਮਿੰਟ ਦੀ ਵੀਡੀਓ ਨੂੰ ਤਿੰਨ ਵਾਰੀ ਕਰਕੇ 48 ਮਿੰਟ ਦੀ ਕਰਾਇਆ ਤਾਂ ਜੋ ਫੇਸਬੁੱਕ ਤੇ ਐਡਾ ਇਹਨਾਂ ਦੀ ਜਿਆਦਾ ਲੱਗ ਜਾਣ ਫਿਰ ਭੋਲਿਓ ਲੋਕੋ ਤੁਹਾਨੂੰ ਸਭ ਤੋਂ ਵੱਧ ਸ਼ਦਾਈ ਪੰਜਾਬ ਦਾ ਮੀਡੀਆ ਬਣਾਉਂਦਾ ਲਾਈਵ ਫੇਸਬੁੱਕ ਤੇ ਇੱਕ ਟਾਈਮ ਇੱਕੋ ਹੀ ਵੀਡੀਓ ਚੱਲ ਸਕਦੀ ਇਹਨਾਂ ਦੇ ਦੇਖਿਓ ਪੰਜ-ਪੰਜ ਚਲਾਈਆਂ ਹੁੰਦੀਆਂ ਲੂਪ ਲਾ ਕੇ ਤੁਹਾਨੂੰ ਮੂਰਖ ਸਮਝਾਇਆ ਹੈ ਨਹੀਂ ਤੇ ਤੁਸੀਂ ਮੂਰਖ ਬਣ ਕੇ ਇਹਨਾਂ ਦੇ ਪੇਜ ਲਾਈਕ ਕਰਦੇ ਆ ਤੇ ਇਹਨਾਂ ਨੂੰ ਤੁਸੀਂ ਹੱਲਾਸ਼ੇਰੀ ਦਿੰਨੇ ਆ ਤੇ ਜੇ ਕਿਸੇ ਨੂੰ ਪਤਾ ਹੋਇਆ ਮਾਤਾ ਦਾ ਐਡਰੈਸ ਕਿਤੇ ਉਹ ਵੀ ਪਤਾ ਨਹੀਂ ਕਿਹੜੇ ਏਰੀਏ ਦੇ ਸੀ ਦੱਸਿਓ ਤੇ ਵਿਚਾਰ ਜ਼ਰੂਰ ਦਿਓ ਥੈਲੀ ਪੋਸਟਾ ਵਾਲਾ ਕਿਹੜਾ ਕੁੰਡਲ ਸ਼ੁੰਡਲ ਤੇ ਦੱਸਿਓ ਯਾਰ ਯਾਰ ਹੈ ਨਹੀਂ ਕਿ ਇਨਸਾਨੀਅਤ ਨਾਲ ਦੀ ਕੋਈ ਚੀਜ਼ ਹੈ ਨਹੀਂ ਪੰਜਾਬ 'ਚ